बटाला च अज दोपहर उस वेले सनसनी फैल गई जब स्थानिक कानून रोड से सड़क किनारे खड़ी एक स्विफ्ट गड्डी शक्की हालात नौजवान की लाश मिली। उत्थे ही पहला तो पुलिस वालों गड्डी चो मिले नौजवान नु हस्पताल ले जाया गया जिथे डॉक्टर वालों उस नु मृतक घोषित कर दिता गया। उधर मृतक नौजवान की मां ने शक जाहिर किया कि उसके बेटे दे दोस्तों ने उसनु कोई नशा दिता जिस वजह नाल उसकी मौत हो गई। पुलिस वालों मौके ते पहुंच मृतक की लाश नु कब्जे च लै पोस्टमार्टम ਲਈ ਭੇਜ ਦਿੱਤਾ ਗਿਆ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲਾਈਵ ਭਾਰਤ। ਮੇਰਾ ਪੁੱਤ ਸਾਊਦੀ ਅਰਬ ਤੋਂ ਆਇਆ ਟਰਾਲਾ ਚਲਾਉਂਦਾ ਬੜੀ ਕਮਾਈ ਕੀਤੀ ਉਹਨੇ ਨੌ ਸਾਲ ਦਾ ਹੋ ਗਏ ਉੱਥੇ ਬਾਹਰ ਕਮਾਈ ਕਰਦਾ ਉਹਨੂੰ ਨਸ਼ੇ ਦਾ ਪਤਾ ਹੀ ਕੋਈ ਨਹੀਂ ਕੋਈ ਨਸ਼ੇ ਦਾ ਉਹਨੂੰ ਪਤਾ ਨਹੀਂ ਮੈਨੂੰ ਥੋੜ੍ਹਾ ਜਿਹਾ ਸ਼ੱਕ ਪੈ ਗਿਆ ਕਿ ਮੁੰਡੇ ਨੂੰ ਫੋਨ ਕਰਕੇ ਸੱਦਦੇ ਆ ਇੱਕ ਦੋ ਵਾਰੀ ਉਹ ਮੇਰੇ ਕੋਲ ਫੜਿਆ ਵੀ ਗਿਆ ਮੈਨੂੰ ਸ਼ੱਕ ਪੈ ਗਿਆ ਕਿ ਇਹ ਕੋਈ ਕੰਮ ਕਰਦਾ ਮੈਂ ਸਮਝਾਇਆ ਕਹਿੰਦਾ ਮਾਂ ਤੇਰੇ ਸਿਰ ਦੀ ਸੌਂ ਲੱਗਿਆ ਅੱਜ ਤੋਂ ਬਾਅਦ ਇਹ ਕੰਮ ਨਹੀਂ ਹੁੰਦਾ ਮੁੰਡੇ ਪਿੰਡ ਦੇ ਵੀ ਆ ਬਾਹਰ ਦੇ ਵੀ ਆ ਕੁਝ ਮੇਰੀ ਨੌਲੇਜ ਵਿੱਚ ਵੀ ਹੈਗੇ ਆ ਕੁਝ ਫੋਨ 'ਚ ਨੰਬਰ ਹੋਣਗੇ ਉਹਨਾਂ ਨੇ ਮੇਰਾ ਮੁੰਡਾ ਖਾ ਲਿਆ ਮਾਰਤਾ ਦੋ ਬੈਠੇ ਆ ਮੇਰੀ ਇੱਕ ਥੋੜ੍ਹਾ ਖਾਂਦਾ ਪੀਂਦਾ ਉਹਦੇ 'ਤੇ ਕੋਈ ਆਸ ਨਹੀਂ ਇਹ ਮੁੰਡਾ ਛੋਟਾ ਵਾ ਇਹਦੇ ਉੱਤੇ ਬੜੀ ਆਸ ਸੀਗੀ ਇਹਨੇ ਮੇਰਾ ਘਰ ਬਾਹਰ ਕੋਠੀਆਂ ਬੰਗਲੇ ਬੜਾ ਕੁਛ ਪਾਇਆ ਵੀ ਆਇਆ ਵਾ ਦੋ ਸਾਲ ਦਾ ਬੱਚਾ ਵਾ ਘਰੋਂ ਆਇਆ ਕਿਸੇ ਦੇ ਨਾਲ ਗੱਡੀ ਖਰੀਦਣ ਵਾਸਤੇ ਇੱਕ ਆਪਣੀ ਗੱਡੀ ਸੀ ਉਹ ਸਿਸਟਰ ਦੀ ਲੈਣੀ ਸੀ ਪਤਾ ਨਹੀਂ ਇੱਥੇ ਕੀ ਮੁੰਡਿਆਂ ਨੇ ਖਵਾਲਤਾ ਜਿਹੜਾ ਮੇਰਾ ਮੁੰਡਾ ਬੇਹੋਸ਼ ਹੋ ਗਿਆ ਉਸ ਤੋਂ ਵੱਧ ਕੁਛ ਨਹੀਂ ਮੈਂ ਫੋਨ 'ਤੇ ਫੋਨ ਕੀਤਾ ਮੇਰਾ ਮੁੰਡਾ ਫੋਨ ਨਹੀਂ ਚੁੱਕਦਾ ਫਿਰ ਕਿਸੇ ਮੁਲਾਜ਼ਮ ਨੇ ਚੁੱਕਿਆ ਉਹਨੇ ਆਖਿਆ ਤੁਹਾਡਾ ਮੁੰਡਾ ਬੇਹੋਸ਼ ਪਿਆ ਵਾ ਤੁਸੀਂ ਆ ਜਾਓ ਠੀਕ ਹੋ ਇੱਥੇ ਆ ਕੇ ਵੇਖਿਆ ਤੇ ਕੁਝ ਨਹੀਂ ਮੈਂ ਤੇ ਸੋਚਦੀ ਹਾਂ ਬੇਹੋਸ਼ ਕਿੰਨੀ ਉਮਰ ਕਿੰਨੀ 25-26 ਸਾਲ ਦੀ 26 ਸਾਲ ਦੀ 94 ਸਾਲ ਦਾ ਜਨਮ ਹੁਣ ਕੀ ਮੰਗ ਕਰਦੇ ਹੋ ਮੰਗ ਕੇ ਮੈਂ ਫਾਂਸੀ ਦੇ ਉੱਤੇ ਲਟਕਾਉਣੇ ਆ ਮੁੰਡੇ ਜਿਨ੍ਹਾਂ ਨੇ ਮੇਰਾ ਪੁੱਤ ਹੀਰੇ ਵਰਗਾ ਖਾ ਲਿਆ ਜੀ ਕੀ ਸਾਰਾ ਮਾਮਲਾ ਜਿਹੜੀ ਇੱਕ ਬੋਡੀ ਮਿਲੀ ਗੱਡੀ ਦੇ ਵਿੱਚ ਹਾਂਜੀ ਮੈਂ SHO ਸਿਟੀ ਬਟਾਲਾ ਦੇ ਵਿੱਚ ਲੱਗੀ ਹੋਈ ਹਾਂ ਅਤੇ ਜਿੱਦਾਂ ਮੈਨੂੰ ਇਨਫੋਰਮੇਸ਼ਨ ਆਈ ਕਿ ਕਨੂਵਾਲ ਰੋਡ ਦੇ ਉੱਤੇ ਜਿਹੜਾ ਇੱਕ ਬੰਦਾ ਹੈ ਉਹ ਆਪਣੀ ਸ਼ਿਫਟ ਗੱਡੀ ਦੇ ਵਿੱਚ ਜਿੱਦਾਂ ਕਿ ਨੰਬਰ ਲੁਧਿਆਣੇ ਦਾ ਹੈਗਾ ਹੈ ਉਹ ਗੱਡੀ ਦੇ ਵਿੱਚ ਡੈਡ ਪਿਆ ਹੋਇਆ ਹੈ ਅਤੇ ਜਿਸ ਤਰ੍ਹਾਂ ਮੈਨੂੰ ਇਨਫੋਰਮੇਸ਼ਨ ਮਿਲੀ ਤਾਂ ਮੈਂ ਆ ਕੇ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਅਗਲੀ ਸੀਟ 'ਤੇ ਜੋ AC ਚੱਲ ਰਿਹਾ ਸੀਗਾ ਅਤੇ ਅਗਲੀ ਸੀਟ 'ਤੇ ਪਿਆ ਹੋਇਆ ਸੀਗਾ ਅਤੇ ਫਿਰ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਕਿ ਹੋ ਸਕਦਾ ਇਹਦੇ ਵਿੱਚ ਕੋਈ ਸਾਹ ਵਗੈਰਾ ਜੇ ਬਚਦਾ ਹੋਵੇ ਜਿਹਦੇ ਕਰਕੇ ਅਸੀਂ ਬੇਹੋਸ਼ ਹੋਵੇ ਜਿਹਦੇ ਕਰਕੇ ਅਸੀਂ ਪਿਛਲੀ ਸੀਟ ਦੇ ਵਿੱਚ ਪਾ ਕੇ ਤੁਸੀਂ ਹੋਸਪਿਟਲ ਲਿਜਾਇਆ ਅਤੇ ਜਿੱਥੇ ਕਿ ਉਹਨਾਂ ਡੈਡ ਕਰਾ ਦਿੱਤਾ ਗਿਆ ਅਤੇ ਹੁਣ ਅਸੀਂ ਇਹਨੂੰ ਮੋਰਚਰੀ ਵਿੱਚ ਰੱਖਿਆ ਹੋਇਆ ਜੀ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਅਸੀਂ ਤਾਂ ਮੋਰਚਰੀ ਦੇ ਵਿੱਚ ਰੱਖਿਆ ਹੋਇਆ ਹੈ ਔਰ ਇਹਨਾਂ ਦੇ ਪੇਰੈਂਟਸ ਨੂੰ ਅਸੀਂ ਬੁਲਾਇਆ ਹੈਗਾ ਜੋ ਕਿ ਸ਼ੇਖਵਾਂ ਦੇ ਵਿੱਚ ਪੈਂਦੇ ਆ ਅਤੇ ਇਹਨਾਂ ਦੇ ਪੇਰੈਂਟਸ ਅਜੇ ਫਿਲਹਾਲ ਆਏ ਹੈਗੇ ਅਤੇ ਉਹ ਆਪਣੇ ਬਿਆਨ ਦੇਣਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਤਾਂ 174 ਦੀ ਕਾਰਵਾਈ ਕੀਤੀ ਜਾਏਗੀ ਪੋਸਟਮਾਰਟਮ ਕਰਵਾਇਆ ਜਾਏਗਾ ਐਂਡ ਉਸ ਤੋਂ ਬਾਅਦ ਮਦਰ ਦੇ ਬਿਆਨਾਂ ਤੋਂ ਹੀ ਹੋਏਗਾ ਕਿ ਕੀ ਕਾਰਵਾਈ ਕਿੱਥੋਂ ਆਇਆ ਸੀ ਕਿਸ ਤਰ੍ਹਾਂ ਆਇਆ ਸੀ ਕੀ ਕਿਹਦੇ ਨਾਲ ਆਇਆ ਸੀਗਾ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਸਕਦੇ ਹਾਂ।